ਆਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਿਯਮਾਂ 'ਚ ਕਿਤੇ ਫੇਰ ਬਦਲ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ। ਇੱਕ ਪਾਸੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਸਿਆਸਤ ਵੀ ਖੂਬ ਗਰਮਾਈ ਹੋਈ ਹੈ, ਜਿਸ ਦੇ ਚਲਦਿਆਂ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੇ ਵੱਲੋਂ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ, ਜਿੱਥੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਕੇਂਦਰ ਦੇ ਕੋਲ ਚੁੱਕਣ ਦੇ ਲਈ ਮੰਗ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਰਾਣਾ ਕੇਪੀ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਦੇ ਕੋਲ ਇਹ ਮੁੱਦਾ ਚੁੱਕਿਆ ਜਾਵੇ ਤਾਂ ਜੋ ਕੇਂਦਰ ਇਸ ਮਸਲੇ ਦੇ ਵਿੱਚ ਦਖਲ ਨਾ ਦੇਵੇ। ਉਹ ਗੱਲ ਇਹ ਹੈ ਕਿ ਜਿਹੜਾ ਬੀਬੀਐਮਬੀ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪਹਿਲਾਂ ਇਹਨੂੰ ਭਾਖੜਾ ਨੰਗਲ ਪ੍ਰੋਜੈਕਟ ਦੇ ਤੌਰ ਤੇ ਜਾਣਿਆ ਜਾਂਦਾ ਸੀ। ਜਦੋਂ ਇਹਦੀ ਸ਼ੁਰੂਆਤ ਹੋਈ ਸੀ ਉਦੋਂ ਪੰਜਾਬ ਤੇ ਰਾਜਸਥਾਨ ਨੇ ਮਿਲ ਕੇ ਇਹ ਪ੍ਰੋਜੈਕਟ ਬਣਾਇਆ। ਉਸ ਤੋਂ ਬਾਅਦ ਰੀਓਰਗੇਨਾਈਜੇਸ਼ਨ ਹੋਈ ਸਨ 1966 ਦੇ ਵਿੱਚ, ਇੱਕ ਸੂਬਾ ਇਹ ਬਣ ਗਿਆ ਤੁਹਾਡਾ ਹਰਿਆਣਾ, ਅਤੇ ਬਾਅਦ ਵਿੱਚ ਹਿਮਾਚਲ ਹੋਂਦ ਵਿੱਚ ਆਇਆ। ਇਹ ਸਾਰੀਆਂ ਪਾਰਟਨਰ ਸਟੇਟਾਂ ਬਣ ਗਈਆਂ ਔਰ ਪਾਰਟਨਰ ਸਟੇਟਾਂ ਨੇ ਮਿਲ ਕੇ ਜਿਹੜਾ ਇੱਕ ਬੋਰਡ ਬਣਿਆ ਉਹਨੂੰ ਆਪਾਂ ਕਹਿੰਦੇ ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜਿਹੜੀ ਫੰਕਸ਼ਨਿੰਗ ਹੈ ਉਹਦਾ ਇੱਕ ਚੇਅਰਮੈਨ ਹੈ ਅਤੇ ਦੋ ਦੇ ਮੈਂਬਰ ਨੇ। ਸੂਬਿਆਂ ਦੇ ਪਾਰਟਨਰ ਸਟੇਟਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਜਿਹੜਾ ਇਹਦਾ ਐਕਟ ਹੈ ਉਹਦੇ 'ਚ ਪ੍ਰਾਵਧਾਨ ਹੈ ਕਿ ਇੱਕ ਮੈਂਬਰ ਪਾਵਰ ਜਿਹੜਾ ਹੈ ਉਹ ਹਮੇਸ਼ਾ ਪੰਜਾਬ ਤੋਂ ਹੋਏਗਾ ਅਤੇ ਜਿਹੜਾ ਮੈਂਬਰ ਇਰੀਗੇਸ਼ਨ ਹੈ ਉਹ ਹਮੇਸ਼ਾ ਹਰਿਆਣੇ ਤੋਂ ਹੋਏਗਾ। ਪਿਛਲੇ ਦਿਨੀ ਇਹਨਾਂ ਨੇ ਉਹਦੇ ਵਿੱਚ ਅਮੈਂਡਮੈਂਟ ਕਰਕੇ ਉਹ ਜਿਹੜੀ ਸ਼ਰਤ ਸੀ ਕਿ ਕੇਵਲ ਅਤੇ ਕੇਵਲ ਪੰਜਾਬ ਅਤੇ ਹਰਿਆਣੇ ਤੋਂ ਦੋਵੇਂ ਮੈਂਬਰ ਹੋ ਸਕਦੇ ਹੈ ਉਹ ਹਟਾ ਦਿੱਤਾ। ਸਾਡਾ ਸਾਡੀਆਂ ਹਿੱਕਾਂ 'ਤੇ ਡੈਮ ਬਣਿਆ, ਸਾਡੀਆਂ ਜ਼ਮੀਨਾਂ ਅਕੁਆਇਰ ਹੋਈਆਂ, ਸਾਡੇ ਦਰਿਆਵਾਂ 'ਤੇ ਡੈਮ ਬਣਿਆ, ਸਾਡੇ ਵਾਸਤੇ ਡੈਮ ਬਣਿਆ ਔਰ ਇਹਦੀ ਜਿਹੜੀ ਮੈਨੇਜਮੈਂਟ ਹੈ ਉਹ ਬਾਹਰ ਦੇ ਲੋਕਾਂ ਕੋਲ ਜਾਣ ਨਾਲ ਸਾਡੇ ਹਿੱਤਾਂ ਨੂੰ ਠੇਸ ਪੁੱਜੇਗੀ। ਸੋ ਮੈਂ ਇਸ ਐਕਸਲੈਂਸੀ ਗਵਰਨਰ ਸਾਹਿਬ ਨੂੰ ਮਿਲ ਕੇ ਵੀ ਪ੍ਰਾਰਥਨਾ ਕੀਤੀ ਹੈ, ਉਹਨਾਂ ਨੂੰ ਮੈਮੋਰੈਂਡਮ ਵੀ ਦਿੱਤਾ ਹੈ ਕਿ ਤੁਸੀਂ ਭਾਰਤ ਸਰਕਾਰ ਦੇ ਕੋਲ ਮਾਮਲਾ ਉਠਾਓ ਕਿ ਸੰਘੀ ਢਾਂਚੇ ਦੇ ਅੰਦਰ ਸਾਡਾ ਜਿਹੜਾ ਸੰਵਿਧਾਨ ਹੈ ਉਹਦਾ ਬਿਹਤਰੀਨ ਸਿਸਟਮ ਹੈ, ਬਿਹਤਰੀਨ ਹੁਣ ਤੱਕ ਦੀ ਕਾਰਗੁਜ਼ਾਰੀ ਰਹੀ ਹੈ, ਸਾਡੇ ਕਾਨੂੰਨ ਸਾਡੀਆਂ ਪਰੰਪਰਾਵਾਂ ਟਾਈਮ ਟੈਸਟਡ ਹੈ, ਉਹਦੇ ਵਿੱਚ ਕੇਂਦਰ ਸਰਕਾਰ ਕਿਸੇ ਕਿਸਮ ਦਾ ਦਖਲ ਨਾ ਦੇਵੇ, ਸੰਘੀ ਢਾਂਚੇ 'ਤੇ ਚੋਟ ਨਾ ਮਾਰੇ ਔਰ ਸੂਬਿਆਂ ਦੇ ਹਿੱਤਾਂ 'ਤੇ ਡਾਕਾ ਨਾ ਮਾਰੇ। ਇਹ ਡਾਕਾ ਮਾਰਨ ਨਾਲ ਜੋ ਕਰ ਰਹੇ ਹੈ ਇਹਦੇ ਨਾਲ ਬਹੁਤ ਬੁਰਾ ਪ੍ਰਭਾਵ ਸਾਡੇ ਹਿੱਤਾਂ 'ਤੇ ਤਾਂ ਪਏਗਾ ਹੀ, ਪੰਜਾਬ ਅਤੇ ਹਰਿਆਣੇ ਦੇ 'ਤੇ, ਲੇਕਿਨ ਇਹਦੇ ਨਾਲ ਜਿਹੜੇ ਸਾਡੇ ਸੰਬੰਧ ਵੀ ਹੈ ਉਹ ਲਾਜ਼ਮ ਤੌਰ 'ਤੇ ਖਰਾਬ ਹੋਣਗੇ, ਲੋਕਾਂ ਦੇ ਮਨਾਂ 'ਚ ਕਈ ਕਿਸਮ ਦੇ ਸ਼ੰਕੇ ਜਿਹੜੇ ਪੈਦਾ ਹੋਣਗੇ। ਇਸ ਕਰਕੇ ਮੈਂ ਪੁਰਜ਼ੋਰ ਅਪੀਲ ਕਰਕੇ ਆਇਆ ਗਵਰਨਰ ਸਾਹਿਬ ਨੂੰ ਕਿ ਤੁਸੀਂ ਇਹਦੇ 'ਚ ਪਰਸਨਲੀ ਦਖਲ ਦੇ ਕੇ ਕੇਂਦਰ ਸਰਕਾਰ ਨੂੰ ਸਮਝਾਓ, ਭਗਵਾਨ ਉਹਨਾਂ ਨੂੰ ਸਮਰਥ ਬਖਸ਼ੇ ਔਰ ਉਹ ਇੱਦਾਂ ਦੇ ਕੰਮ ਨਾ ਕਰਨ। ਜ਼ਿਕਰਯੋਗ ਹੈ ਕਿ ਬੀਬੀਐਮਬੀ ਨਿਯਮਾਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਫੇਰ ਬਦਲ ਕਰ ਦਿੱਤਾ ਗਿਆ, ਜਿਸ ਦੇ ਵਿੱਚ ਪੰਜਾਬ ਦੀ ਸ਼ਰਤੀਆ ਨੁਮਾਇੰਦਗੀ ਖਤਮ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨਵੇਂ ਨਿਯਮ ਦੇ ਮੁਤਾਬਕ ਬੀਬੀਐਮਬੀ ਦੇ ਵਿੱਚ ਮੈਂਬਰ ਕਿਸੇ ਵੀ ਸੂਬੇ ਦਾ ਹੋ ਸਕਦਾ ਹੈ। ਦੂਜੇ ਪਾਸੇ ਦੇਖਿਆ ਜਾਵੇ ਇਸ ਮਾਮਲੇ ਤੇ ਸਿਆਸਤ ਵੀ ਖੂਬ ਗਰਮਾਈ ਹੋਈ ਹੈ ਅਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ ਜਾ ਰਿਹਾ ਹੈ।